ਪਿਆਰੇ ਵਿਦਿਆਰਥੀਓ ਸਭ ਤੋਂ ਪਹਿਲਾਂ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਵਿਦਿਆਰਥੀਓ ਅੱਜ ਦੀ ਵੀਡੀਓ ਵਿੱਚ ਆਪਾਂ ਦੂਜੀ ਕਲਾਸ ਦੇ ਪੰਜਾਬੀ ਵਿਸ਼ੇ ਦੇ ਪੇਪਰ ਨੂੰ ਹੱਲ ਕਰਾਂਗੇ ਜੀ ਪੂਰਾ ਜੋ ਪੇਪਰ ਹੈ 80 ਦਾ 80 ਨੰਬਰ ਪੂਰਾ ਪੇਪਰ ਇਸ ਵੀਡੀਓ ਵਿੱਚ ਸੋਲਵ ਕੀਤਾ ਗਿਆ ਹੈ ਇਸ ਲਈ ਵੀਡੀਓ ਨੂੰ ਅੰਤ ਤੱਕ ਜੂਰ ਦੇਖਣਾ ਜੀ ਤੇ ਆ ਹੁਣ ਆਪਾਂ ਇੱਕ-ਇੱਕ ਕਰਕੇ ਸਾਰੇ ਹੀ ਕੁਐਸਚਨਸ ਨੂੰ ਸੋਲਵ ਕਰਦੇ ਹਾਂ ਜੀ ਸੋ ਪਹਿਲਾ ਕੁਐਸਚਨ ਆਪਣੇ ਕੋਲ ਹੈ ਜੀ ਸਹੀ ਵਿਕਲਪ ਚੁਣਨਾ ਹੈ ਦੇਖੋ ਆਪਣੇ ਕੋਲ ਤਸਵੀਰ ਵਿੱਚ ਸਹੀ ਸ਼ਬਦ ਚੁਣੋ ਤਸਵੀਰ ਦੇ ਲਈ ਇਹ ਆਪਣੇ ਕੋ ਇੱਕ ਸਿਤਾਰ ਹੈ ਤੇ ਸਿਤਾਰ ਦੇ ਜੋ ਸਹੀ ਸਪੈਲਿੰਗ ਹਨ ਉਹ ਕਿਹੜੇ ਹੁੰਦੇ ਹਨ ਆਪਣੇ ਕੋ ਈਡੀ ਆਪਸ਼ਨ ਆਪਣੇ ਕੋ ਆ ਜਾਏਗਾ ਜੀ ਨੈਕਸਟ ਹੈ ਜੀ ਤਸਵੀਰ ਵਿੱਚ ਬੱਚਾ ਕੀ ਕਰ ਰਿਹਾ ਹੈ ਤਸਵੀਰ ਵਿੱਚ ਨਜ਼ਰ ਆ ਰਿਹਾ ਹੈ ਕਿ ਜੋ ਬੱਚਾ ਹੈ ਲੜਕਾ ਹੈ ਉਹ ਖੇਡ ਰਿਹਾ ਹੈ ਉੜਾ ਆਪਸ਼ਨ ਆ ਜਾਏਗੀ ਜੀ ਕਿਹੜਾ ਜੋੜਾ ਹੈ ਉਹ ਸਹੀ ਨਹੀਂ ਹੈ ਸਵੇਰਾ ਹਨੇਰਾ ਬਿਲਕੁਲ ਸਹੀ ਹੈ ਖਾਲੀ ਪਾਲੀ ਵੀ ਸਹੀ ਹੈ ਲਾਗੇ ਚਾਗੇ ਵੀ ਤੇ ਚਾਰ पांच इस जोड़ा जोड़ा है वो सही नहीं है तो आप इस टिक करना है क्योंकि चार दे नहीं आएगा चार दे आएगा चार चुफेरा चार चुफेरा तो इसलिए ये वाला जो ऑप्शन है वो अपने को सही नहीं है आप सू टिक करना है जी नैक्सट है जी सही शब्द चुनना है एनक लिए कि सही शब्द है जी वो अपने को सही स्पैलेंगे वाले हैं जी अपने को ਅਗਲਾ ਹੈ ਜੀ ਆਪਣੇ ਕੋ ਸਹੀ ਵਾਕ ਚੁਣੋ ਇਹਨਾਂ ਵਿੱਚੋਂ ਸਹੀ ਵਾਕ ਕਿਹ ਹੈ ਜੀ ਸਾਰੇ ਮੁੰਡੇ ਖੇਡ ਰਹੇ ਹਨ ਇਹ ਵਾਲਾ ਜੋ ਵਾਕ ਉਹ ਸਹੀ ਹੈ ਬਾਕੀ ਗਲਤ ਹਨ ਜੀ ਅਗਲਾ ਹੈ ਜੀ ਦੁਲੈਂਕੜ ਮਾਤਰਾ ਵਾਲੇ ਆਪਾਂ ਚਾਰ ਸ਼ਬਦ ਲਿਖਣੇ ਹਨ ਜੀ ਤੇ ਦੇਖੋ ਜੀ ਕਿਹੜੇ ਆਪਾਂ ਸ਼ਬਦ ਲਿਖ ਲਏ ਹਨ ਜੀ ਸੂਟ ਬੂਟ ਦੂਰ ਤੇ ਲਹੂ ਤੇ ਹੁਣ ਆਪਾਂ ਨੈਕਸਟ ਦੇਖਾਂ ਜੀ ਆਪਣੇ ਕੋ ਹੈ ਟਿੱਪੀ ਮਾਤਰਾ ਵਾਲੇ ਕੋਈ ਚਾਰ ਸ਼ਬਦ ਆਪਾਂ ਲਿਖਣੇ ਹਨ ਜੀ ਦੇਖੋ ਜੀ ਟਿੱਪੀ ਵਾਲੇ ਆਪਾਂ ਮਾਤਰਾ ਵਾਲੇ ਚਾਰ ਸ਼ਬਦ ਲਿਖ ਲਏ ਹਨ ਜੀ ਰੰਗ ਪੰਗ ਨੰਗ ਤੇ ਕੰਦ ਤੇ ਆ ਹੁਣ ਅਗਲਾ ਦੇਖਦੇ ਆ ਜੀ ਆਪਣੇ ਕੋ ਖਾਲੀਥਾਮਾ ਪਰਵਾਨ ਜੀ ਭਾਈ ਲਾਲੋ ਹੱਥੀ ਡੈਸ਼ ਕਰਦਾ ਸੀ ਇਸ ਦਾ ਆਨਸਰ ਆਵੇਗਾ ਕਿਰਤ ਕਰਦਾ ਸੀ ਨਿੰਮ ਹਵਾ ਨੂੰ ਡੈਸ਼ ਕਰਦੀ ਹੈ ਸ਼ੁੱਧ ਕਰਦੀ ਹੈ ਜਿੱਥੇ ਸ਼ੁੱਧ ਆ ਜਾਏਗਾ ਰਾણો ਨੇ ਕੋਟਲਾ ਡੈਸ਼ ਥੱਲੇ ਲੁਕਾ ਲਿਆ ਝੱਗੇ ਥੱਲੇ ਲੁਕਾ ਲਿਆ ਮੈਂ ਆਪਣੀ ਭੈਣ ਨੂੰ ਇੱਕ ਡੈਸ਼ ਖਰੀਦ ਕੇ ਦਿੱਤਾ ਤੀਰ ਕਮਾਨ ਤੇ ਆਓ ਜੀ ਅਗਲਾ ਦੇਖਦੇ ਆ ਜੀ ਇੱਥੇ ਲਿਖਿਆ 17 ਪੂਰੀਆਂ ਕਰੋ ਦੇਖੋ ਜੀ ਕੀ 70 ਹੈ ਘਰ ਸਾਡੇ ਜਦ ਵੀ ਆਉਣ ਮਿੱਠੇ ਮਿੱਠੇ ਲੱਡੂ ਲਿਓਣ ਇਹ ਆਪਾਂ ਇਹਨਾਂ 17 ਨੂੰ ਪੂਰਾ ਕਰ ਲਿਆ ਹੈ ਜੀ ਪਿੱਛੇ ਆਪਾਂ ਇਨਵਰਟਿਡ ਕਮਾ ਬੰਦ ਕਰ ਦਨੇ ਇਸ ਤਰ੍ਹਾਂ ਤੇ ਨੈਕਸਟ ਦੇਖੋ ਜੀ ਆਪਣੇ ਕੋ ਰੰਗਾਂ ਦੇ ਨਾਮ ਲਿਖਣੇ ਹਨ ਜੀ ਰੰਗਾਂ ਦੇ ਨਾਮ ਲਿਖਣੇ ਹਨ ਚਾਰ ਦੇਖੋ ਜੀ ਰੰਗਾਂ ਦੇ ਆਪਾਂ ਨਾਮ ਕੋਈ ਵੀ ਲਿਖ ਸਕਦੇ ਆ ਜਿਸ ਤਰ੍ਹਾਂ ਮੈਂ ਚਾਰ ਲਿਖਤੇ ਆ ਤੁਸੀਂ ਇਹਨਾਂ ਚੁੜੀ ਨਹੀਂ ਕਿ ਇਹੇ ਲਿਖਨੇ ਆ ਜਿਹੜੇ ਵੀ ਤੁਹਾਨੂੰ ਰੰਗਾਂ ਦੇ ਨਾਮ ਆਉਂਦੇ ਉਹ ਲਿਖ ਸਕਦੇ ਹੋ ਲਾਲ ਨੀਲਾ ਹਰਾ ਕਾਲਾ ਚਿੱਟਾ ਪੀਲਾ ਕੋਈ ਵੀ ਤੁਸੀਂ ਰੰਗ ਚਾਰ ਲਿਖ ਸਕਦੇ ਹੋ ਜੀ ਅਗਲਾ ਹੈ ਜੀ ਆਪਣੇ ਕੋ ਸਮਝੋ ਅਤੇ ਲਿਖੋ ਇੱਧਰ ਵੀ ਸਮਝੋ ਅਤੇ ਲਿਖੋ ਦੇਖੋ ਇੱਧਰ ਜਿੱਦਾਂ ਚਿੜਾ ਤੇ ਚਿੜੀ ਇੱਥੇ ਲਿੰਗ ਵਰਤੋ ਹੈ ਇੱਥੇ ਸਮਝੋ ਤੇ ਲਿਖੋ ਜਿੱਦਾਂ ਚਿੱਟਾ ਤੇ ਕਾਲਾ ਇੱਥੇ ਉਲਟ ਵਾਲੇ ਸ਼ਬਦ ਹਨ ਉਲਟੇ ਸ਼ਬਦ ਹਨ ਜੀ ਰੱਸੀ ਰੱਸਾ ਲੜਕੀ ਲੜਕਾ ਬੱਕਰਾ ਬੱਕਰੀ ਬੱਕਰਾ ਘੋੜੀ ਕੋੜਾ ਇਸ ਤਰ੍ਹਾਂ ਉਲਟੇ ਦੇਖੋ ਚਿੱਟੇ ਦਾ ਕਾਲਾ ਦਿਨ ਦਾ ਰਾਤ ਛੋਟੇ ਦਾ ਵੱਡਾ ਛਾਂ ਦਾ ਧੁੱਪ ਤੇ ਖਰੀਦਣਾ ਦਾ ਵੇਚਣਾ ਤੇ ਆਓ ਜੀ ਹੁਣ ਅਗਲਾ ਦੇਖੀਏ ਹੇਠਾਂ ਲਿਖੇ ਸ਼ਬਦਾਂ ਦੇ ਮਿਲਾਨ ਕਰੋ ਅਤੇ ਜੋੜੇ ਬਣਾਉਣੇ ਹਨ ਜੀ ਠੰਡੀਆਂ ਛਾਵਾਂ डाकखाने डाकिया मुरगी दूसरे तो बकरी के नाल, नाल, नाल मेमणे अगला देखो जी अपने को बहुबचन चिड़ी का चिड़िया तो बाकिया का लिखते हैं जी सो नैक्सट देखो चूहे का चूहा द चूहे आ जाएगा कुकड़ी का कुकड़ियाँ रस्सा रस्सियाँ बकरी बकरियां ये अपने को लिंग बचन है जी अपने को बहुबचन आखते हैं जी ਨੈਕਸਟ ਇਹਨਾਂ ਪ੍ਰਸ਼ਨਾਂ ਦੇ ਆਪਾਂ ਉੱਤਰ ਦੇਣੇ ਹਨ ਜੀ ਤੇ ਕੁਐਸਚਨ ਆਪਣੇ ਕੋ ਕੀ ਹੈ ਭਾਈ ਲਾਲੋ ਕੀ ਕੰਮ ਕਰਦਾ ਸੀ ਤੇ ਆਨਸਰ ਆਏਗਾ ਜੀ ਲੋਕਾਂ ਦੇ ਛੋਟੇ ਮੋਟੇ ਤਰਖਾਣੇ ਕੰਮ ਕਰਦਾ ਸੀ ਅਗਲਾ ਹੈ ਜੀ ਦੁਸ਼ਹਿਰਾ ਦੀਵਾਲੀ ਤੋਂ ਕਿੰਨੇ ਦਿਨ ਪਹਿਲਾਂ ਆਉਂਦਾ ਹੈ ਤੇ ਉਹ ਆਉਂਦਾ ਹੈ ਜੀ 20 ਦਿਨ ਪਹਿਲਾਂ ਤੇ ਆਹ ਹੁਣ ਅਗਲਾ ਕੁਐਸਚਨ ਦੇਖਦੇ ਹਾਂ ਜੀ 16 ਕੁਐਸਚਨ ਹੈ ਜੀ ਨਿੰਮ ਦੇ ਫਲ ਨੂੰ ਕੀ ਕਹਿੰਦੇ ਹਨ ਤਾਂ ਉਸ ਨੂੰ ਕਿਹਾ ਜਾਂਦਾ ਹੈ ਨਿਮੋਲੀ ਜਾਂ ਨਿੰਬੋੜੀ ਅਗਲਾ ਹੈ ਜੀ ਜੀਤੀ ਨੇ ਕੋਟਲਾ ਕਿਸ ਚੀਜ਼ ਦਾ ਬਣਾਇਆ ਤੇ ਉਸਨੇ ਆਪਣੀ ਚੁੰਨੀ ਨੂੰ ਵਟ ਦੇ ਕੇ ਜੋ ਕੋਟਲਾ ਬਣਾਇਆ ਤੇ ਆਓ ਅਗਲਾ ਕੁਐਸਚਨ ਦੇਖਦੇ ਹਾਂ ਜੀ ਰੁੱਖਾਂ ਦੇ ਕੋਈ ਪੰਜ ਲਾਭ ਲਿਖਣੇ ਤੇ ਦੇਖੋ ਕੀ ਲਿਖਿਆ ਸਕਦੇ ਹਾਂ ਰੁੱਖਾਂ ਦੇ ਪੰਜ ਲਾਭ ਇਹ ਸਾਨੂੰ ਠੰਡੀ ਛਾਂ ਦਿੰਦੇ ਹਨ ਇਹ ਸਾਨੂੰ ਫੁੱਲ ਦਿੰਦੇ ਹਨ ਇਹ ਸਾਨੂੰ ਫਲ ਦਿੰਦੇ ਹਨ ਇਹ ਸਾਨੂੰ ਸ਼ੁੱਧ ਹਵਾ ਦਿੰਦੇ ਹਨ ਇਹ ਸਾਨੂੰ ਆਕਸੀਜਨ ਦਿੰਦੇ ਹਨ ਜੀ ਤੇ ਤੁਹਾਨੂੰ ਨੈਕਸਟ ਆਪਣੇ ਕੋ ਹੈ ਜੀ ਬੋਲ ਲਿਖਤ ਬੋਲ ਲਿਖਤ ਹੈ ਅਧਿਆਪਕ ਬੋਲਣਗੇ ਤੇ ਤੁਸੀਂ ਜੋ ਜੋ ਅਧਿਆਪਕ ਬੋਲੇਗਾ ਉਸ ਨੂੰ ਲਿਖਣਾ ਹੈ ਜੀ ਇਸ ਜਗ੍ਹਾ ਵਿੱਚ ਚਾਰ ਵਾਕ ਤੇ ਲਾਸਟ ਵਿੱਚ ਆਪਣੇ ਕੋ ਹੈ ਜੀ ਸੁੰਦਰ ਲਿਖਾਈ ਸਾਰੇ ਬੱਚਾ ਨੇ ਬੜੀ ਅੱਛੀ ਹੈਂਡਰਾਈਟਿੰਗ ਦੇ ਵਿੱਚ ਪੇਪਰ ਕਰਨਾ ਹੈ ਤਾਂ ਜੋ ਸੁੰਦਰ ਲਿਖਾਈ ਦੇ ਜਿਹੜੇ ਨੰਬਰ ਉਹਨਾਂ ਨੂੰ ਪੂਰੇ-ਪੂਰੇ ਮਿਲ ਸਕਣ ਤੇ ਇਸ ਨੂੰ ਜੇਕਰ ਵੀਡੀਓ ਤੁਹਾਨੂੰ ਅੱਛੀ ਲੱਗੀ ਤੇ ਇਸ ਨੂੰ ਲਾਈਕ ਕਰ ਤੇ ਸ਼ੇਅਰ ਕਰ ਦੇਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਬੈਲ ਆਈਕਨ ਨੂੰ ਵੀ ਜਰ ਪ੍ਰੈਸ ਕਰ ਦੇਣਾ ਤੇ ਹੁਣ ਸੁਣੋ ਮਿਲਾਂਗੇ ਆਪਾਂ ਇੱਕ ਨਵੀਂ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਲੈ ਕੇ ਉਦੋਂ ਤੱਕ ਲਈ ਧੰਨਵਾਦ